ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਆਪਣੀ ਕਣਕ, ਵੀ ਇਹ 10 ਨਵੰਬਰ ਦੀ ਬੀਜੀ ਹੋਈ ਕਣਕ ਹੈ ਅਤੇ ਆਪਾਂ ਕਿੰਨੀ ਰੇਹ ਪਾਤੀ ਇਹਦੇ 'ਚ ਅਤੇ ਕਿਹੜੀ ਵਰਾਇਟੀ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਆਹ ਵੇਖੋ ਤੁਸੀਂ, ਆਹ ਫੋਟ ਵੇਖੋ ਇਹਨੇ ਕੀਤੀ, ਆਪਾਂ ਕਿਸੇ ਨੇ ਫੋਟ ਨਹੀਂ ਕਰਦੀ ਕਣਕ, ਅਤੇ ਕੋਈ ਆਪਾਂ ਇਹਦੇ 'ਚ ਕੋਈ ਹੋਰ ਸਪੈਸ਼ਲ ਸਮਾਨ ਵੀ ਨਹੀਂ ਪਾਇਆ ਫੋਟ ਕਰਾਉਣ ਵਾਸਤੇ। ਆਹ ਹੋਰ ਹੈ, ਆਹ ਦੇਖੋ ਫੋਟ ਕੀਤੀ, ਇੱਕ ਬੂਝਾ ਵਿਖਾਉਂਦੇ ਆਪਾਂ ਤੁਹਾਨੂੰ ਫੋਟ ਕੀਤੀ ਵੀ, ਆਹ ਦੇਖੋ ਹਜੇ ਕਰੀ ਜਾਂਦਾ ਇਹ, ਆਹ ਦੇਖੋ ਨਾਲੇ ਆਪਾਂ ਤੁਹਾਨੂੰ ਵਰਾਇਟੀ ਦੱਸਾਂਗੇ ਕਿਹੜੀ ਆ। ਅਤੇ ਕੋਈ ਆਪਾਂ ਆਏ ਨਹੀਂ ਵੀ ਕੋਈ ਨਵੀਂ ਵਰਾਇਟੀ ਬੀਜੀ ਜਾਂ ਬਾਹਲਾ ਮਹਿੰਗਾ ਬੀਜ ਲੈ ਕੇ ਬੀਜਿਆ ਜਾਂ ਕੋਈ ਹਾਈਬ੍ਰਿਡ ਹੈ, ਅਤੇ ਆਮ ਹੀ ਆਪਣੀ ਨੋਰਮਲ ਜੀ ਵਰਾਇਟੀ ਹੈ ਇਹ। ਆਹ ਤੁਸੀਂ ਕਣਕ ਐਂ ਵੇਖ ਸਕਦੇ ਹਾਂ, ਆਹ ਵੱਟ ਵਾਲਾ ਥਾਂ ਹੈ। ਆਹ ਦੇਖੋ ਕਣਕ ਤੁਹਾਨੂੰ ਇੱਥੋਂ ਵਿਖਾ ਦਿੰਦੇ ਆਪਾਂ, ਦੇਖੋ ਫੋਟ ਕੀਤੀ ਬੂਝੇ ਨੇ, ਵੀ ਜਿਹੜੀ ਆ ਠੰਡ ਪਈ ਆ ਨਾ ਹੁਣ, ਇਹਨੇ ਕਣਕ ਬਣਾ ਤੀ, ਹਜੇ ਪਈ ਜਾਂਦੀ ਆ ਕਣਕ ਵਾਸਤੇ ਬਹੁਤ ਵਧੀਆ ਇਹ ਜਿਹੜੀ ਠੰਡ ਹੈ। ਅਤੇ ਜਿਵੇਂ ਠੰਡ ਨਹੀਂ ਪਈ ਸੀ ਉਸ ਹਿਸਾਬ ਨਾਲ ਤਾਂ ਵੀ ਬਹੁਤ ਕਣਕਾਂ ਦੇ ਨੁਕਸਾਨ ਵੀ ਹੋਏ ਹੈ, ਅਤੇ ਬਹੁਤ ਕਣਕਾਂ ਨਿਸਰਨ ਵਾਲੀਆਂ ਵੀ ਹੈ, ਮੈਂ ਆਪ ਵੇਖੀ ਹੈ। ਅਤੇ ਨਵਾਂ ਜਿਹਾ ਬੀਜ ਸੀ ਉਹ, ਅਤੇ ਕੁਦਰਤੀ ਉਹਦੇ ਆਪਣੇ ਕੋਲ ਹੈ ਨਹੀਂ ਸੀ, ਮੋਬਾਈਲ ਨਹੀਂ ਆਪਾਂ ਬਣਾ ਲੈਂਦੇ, ਵੀਡੀਓ ਬਣਾ ਕੇ ਪਾ ਦਿੰਦੇ। ਅਤੇ ਵੀ ਉਹ ਗੋਭ ਚੱਜ ਜਾਵਾਂ, ਕਈ ਸਿੱਟੇ ਤਾਂ ਦਿਸੀ ਜਾਂਦੇ ਆ ਅਤੇ ਕਈ ਵੀ ਬਸ ਜਿਵੇਂ ਐਂ ਲੱਗਦਾ ਵੀ 15 ਦਿਨਾਂ ਤੱਕ ਨਿਸਰੇ ਆਉਣਗੇ, ਪਰ ਜਿਵੇਂ ਆ ਠੰਡ ਪੈ ਗਈ ਜੇ ਉਹ ਰੁਕ ਗਈ ਨਿਸਰਨੋਂ ਤਾਂ ਹੋ ਸਕਦਾ ਫਾਇਦਾ ਹੋ ਜਾਵੇ, ਕਿਉਂਕਿ ਫਿਰ ਗਾਂ ਅੱਗੇ ਠੰਡ 'ਚ ਪੱਕੂਗੀ ਅਤੇ ਦਾਣੇ ਚੰਗੇ ਬਣਨਗੇ, ਅਤੇ ਨਹੀਂ ਤਾਂ ਜਿਵੇਂ ਉਹ ਪਹਿਲਾਂ ਗੇਤਾ ਹੀ ਨਿਸਰ ਜਾਂਦੀ ਤਾਂ ਫਿਰ ਕਣਕ ਦਾ ਨੁਕਸਾਨ ਸੀ। ਅਤੇ ਹੁਣ ਆਪਾਂ ਇਸ ਕਣਕ ਦੀ ਗੱਲ ਕਰਦੇ ਹਾਂ, ਇਹਦੇ 'ਚ ਤੁਹਾਨੂੰ ਕੋਈ ਵੀ ਤੁਹਾਨੂੰ ਆਏ ਨਾ ਦਿਸੂਗਾ ਵੀ ਜਿਵੇਂ ਵੀ ਨਿਸਰਦਾ ਕੋਈ ਡੱਕਾ। ਅਤੇ ਇਹ ਆਪਾਂ ਬੀਜੀ ਆ 10 ਨਵੰਬਰ ਨੂੰ ਕਣਕ ਬੀਜੀ ਇਹ, ਅਤੇ ਬਾਕੀ ਆਪਾਂ ਕੋਈ ਇਹ ਵਾਹ ਕੇ ਨਹੀਂ ਬੀਜੀ, ਕੋਈ ਇਹਦੇ 'ਚ ਆਪਾਂ ਡਾਈ ਜ਼ਿਆਦਾ ਨਹੀਂ ਪਾਈ, ਇਹ ਆਪਣੀ ਜੀਰੋ ਡਰਾਈਲ ਵਾਲੀ ਕਣਕ ਹੈ। ਆਹ ਦੇਖੋ ਅਤੇ ਜੀਰੋ ਡਰਾਈਲ ਵਾਲੀ ਕਣਕ ਆ, ਵੇਖ ਲਓ ਵਾਹਿਆ ਨਹੀਂ ਵਾਹਣ, ਉਵੇਂ ਪਈ ਇਸ ਵਾਹ 10 ਨਵੰਬਰ ਨੂੰ ਬੀਜਿਆ ਜਿਵੇਂ ਆਪਾਂ ਤੁਹਾਨੂੰ ਦੱਸਿਆ। ਅਤੇ ਇਹਦਾ ਬੀਜ ਪਾਇਆ ਆਪਾਂ 50 ਕਿਲੋ, 50 ਕਿਲੋ ਕਣਕ ਦਾ ਬੀਜ ਪਾਇਆ ਹੈ, ਅਤੇ 50 ਕਿਲੋ ਹੀ ਆਪਾਂ ਪਾਈ ਹੈ ਡਾਈ, ਹੋਰ ਆਪਾਂ ਇਹਦੇ 'ਤੇ ਕੋਈ ਵੀ ਇਹੋ ਜਿਹੀ ਨਾ ਕੋਈ ਸਪਰੇ ਨਾ ਕੋਈ ਹੋਰ ਕਿਸੇ ਸਮਾਨ ਦੀ ਲੋੜ ਪਈ ਹੈ, ਜਿਵੇਂ ਵੀ ਸਲਫਰ ਦੀ ਜੇ ਆਪਾਂ ਨੂੰ ਲੱਗਦੀ ਘਾਟ ਆਪਾਂ ਪਾਉਣੀ ਸੀ ਪਿਛਲੇ ਸਾਲ ਆਪਾਂ ਪਾਈ ਸੀ, ਅਤੇ ਨਾ ਕੋਈ ਇਹਦੇ 'ਤੇ ਆਪਾਂ ਮੈਗਨੀ ਛਿੜਕੀ ਹੈ, ਅਤੇ 1 ਕਿੱਲੇ 'ਤੇ ਆਪਾਂ ਜ਼ਰੂਰ ਛਿੜਕੀ ਹੈ ਸਪਰੇ,
ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ, ਅਤੇ ਬਾਕੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਹੁਣ ਕਿਹੋ ਜਿਹੀ ਬਣ ਗਈ। ਪਹਿਲਾਂ ਉਹਦਾ ਬਹੁਤ ਮੰਦਾ ਹਾਲ ਸੀ, ਅਤੇ ਉਹ ਵਾਹਣ ਹੀ ਥੋੜ੍ਹਾ ਜਿਹਾ ਅਲੱਗ ਸੀਗਾ, ਝੋਨਾ ਵੀ ਉਹਦੇ 'ਚ ਹੋਰ ਸੀ, ਅਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਉਹ ਵੀਡੀਓ ਸਾਰਾ ਕੁਛ। ਅਤੇ ਪਰ ਇਹ ਜਿਹੜੀ ਵਰਾਇਟੀ ਆ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਹੈਗੀ ਹੈ 30-86। ਵੇਖ ਲਓ ਹੁਣ ਤੁਸੀਂ, ਆਪਾਂ ਸਾਰੀ 30-86 ਬੀਜੀ ਹੋਈ ਆ, ਕੋਈ ਆਪਾਂ ਸਿਆਣੇ ਬਣ ਕੇ ਨਹੀਂ ਬੀਜੀ। ਅਤੇ ਵਰਾਇਟੀਆਂ ਸਾਰੀਆਂ ਵਧੀਆ, ਪਰ ਟ੍ਰਾਇਲ ਲਾ ਕੇ ਵੇਖ ਲੈਣਾ ਚਾਹੀਦਾ, ਪਰ ਲਾਵੇ ਥੋੜ੍ਹਾ, ਵਾਲੇ ਨੂੰ ਨਾ ਪਵੇ। ਕਈ ਵਾਰੀ ਐਂ ਹੁੰਦਾ ਵੀ 75 ਮਣ ਕਣਕ ਨਿਕਲੀ ਆ, 11 ਵਾਹ ਉੱਡ ਜਾਂਦੀ ਹੈ, ਅਤੇ ਆਪਾਂ ਪੰਗਾ ਸਾਰੇ ਦਾ ਲੈ ਲਈਏ, ਅਤੇ ਅਜੇ ਆਪਾਂ ਨੂੰ ਪਤਾ ਹੋਵੇ ਨਾ ਵੀ ਕਿਹੋ ਜਿਹੇ ਮੌਸਮ 'ਚ ਗੇਤੀ ਹੈ ਜਾਂ ਪਛੇਤੀ ਹੈ, ਫਿਰ ਨੁਕਸਾਨ ਹੋ ਜਾਂਦਾ। ਅਤੇ ਆਹ ਆਪਣੀ ਵੇਖੀ ਭਾਲੀ ਹੈਗੀ ਆ ਕਣਕ, ਆਪਾਂ ਪਿਛਲੇ ਸਾਲ 303 ਬੀਜੀ ਸੀ, ਅਤੇ ਇੰਨੀ ਕਿ ਉਹ ਨਿਕਲੀ ਸੀ, ਅਤੇ ਉਨੀ ਆਹ ਨਿਕਲਿਆ ਸੀ 30-86। ਅਤੇ ਬਾਕੀ ਕਈ ਵਾਰੀ ਐਂ ਹੁੰਦਾ ਜੇ ਗਰਮੀ ਗੁਰਮੀ ਦੀ ਮਾਰ ਇਹ ਝੱਲ ਲੈਂਦੀ ਹੈ ਜੇ ਪਿੱਛੋਂ ਪੈ ਜੇ, ਤਾਂ ਵੀ ਇਹ ਵੱਸਦਿਆਂ ਜਾਂ ਰਹਿ ਜਾਂਦਾ ਕੰਮ, ਬੜਾ ਨੁਕਸਾਨ ਨਹੀਂ ਹੁੰਦਾ ਇਸ ਕਣਕ ਦਾ। ਅਤੇ ਉਹ ਕਣਕਾਂ ਦਾ ਹਜੇ ਆਪਾਂ ਨੂੰ ਪਤਾ ਨਹੀਂ, ਕਿਉਂਕਿ ਆਪਾਂ ਪਿਛਲੇ ਸਾਲ ਬੀਜੀ ਸੀ ਉਹ 303, ਅਤੇ ਉਦੋਂ ਤਾਂ ਮੌਸਮ ਠੀਕ ਸੀਗਾ, ਵਧੀਆ ਸੀ ਮੌਸਮ, ਅਤੇ ਚੰਗੀਆਂ ਝੜੀਆਂ ਸੀ ਕਣਕਾਂ ਸਾਰੀਆਂ। ਬਾਕੀ ਇਹ 0 ਡਰੈਲ ਵਾਲੀ ਹੈ, ਵਾਹ ਕੇ ਬੀਜੀ ਨਹੀਂ, ਡਾਈ ਇਹਦੇ 'ਚ ਪਾਈ ਹੈ 50 ਕਿਲੋ, ਅਤੇ 50 ਕਿਲੋ ਪਾਇਆ ਬੀ। 50 ਕਿਲੋ ਬੀ ਪਾਉਣ ਦਾ ਕਾਰਨ ਇਹੀ ਹੈ ਵੀ ਇਹ 0 ਡਰੈਲ ਨਾਲ ਬੀਜੀ ਹੈ, ਹੋਰ ਕੋਈ ਐਂ ਨਹੀਂ। ਅਤੇ ਬਾਕੀ ਉੱਗਰੀ ਬਹੁਤ ਵਧੀਆ, ਉਦੋਂ ਕਣੀਆਂ ਜੀਆਂ ਪੈਂਦੀਆਂ ਸੀ ਦਿਵਾਲੀ ਦੇ ਆਸੇ ਪਾਸੇ, ਅਤੇ ਉਦੋਂ ਜੇ ਬੀਜੀ ਹੈ ਇਹ। ਅਤੇ ਆਹ ਕਣਕ ਤੁਹਾਡੇ ਸਾਹਮਣੇ ਵੇਖ ਲਓ, ਅਤੇ ਇਹ ਤੇ ਆਪਣੀ ਅੱਜ ਦੀ ਵੀਡੀਓ, ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ। ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ ਆਇਆ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਨਾਲੇ ਬੈਲ ਆਈਕਨ ਦਬਾ ਲਓ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ।